ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੱਜ ਮੈਂ ਫਰੂਟ ਵਾਲੀ ਸਾਈਡ 'ਤੇ ਆਇਆ, ਅੰਬ ਦਾ ਪਤਾ ਕਰਨਾ ਰੇਟ ਕੀ ਹੈ ਅੰਬ ਦੇ। ਅੱਜ 15 ਤਰੀਕ ਹੈ, ਪੀਰ ਦਾ ਦਿਨ ਹੈ। ਕਿੰਨਾ ਰੇਟ ਦੱਸਿਆ ਜੀ? 1850 ਰੁਪਈਆ। ਦੱਸ ਵਜ਼ਨ ਕਿੰਨਾ ਕੁ ਹੋਏਗਾ? 13 ਕਿਲੋ ਵਜ਼ਨ ਹੈ ਜੀ, 1850 ਰੁਪਏ ਦਾ। ਠੀਕ ਹੈ ਨਾ, ਇਹ ਤਕਰੀਬਨ 150 ਤੋਂ ਉੱਤੇ ਪੈ ਰਿਹਾ, 160 ਰੁਪਏ 70 ਰੁਪਏ ਪੈ ਰਿਹਾ ਇੱਥੇ ਮੰਡੀ ਵਿੱਚ। ਅਨਵਰ ਲਟੌਰ ਹੈ, 1400 ਰੁਪਏ ਦੀ ਪੇਟੀ, ਇਹ 1400 ਰੁਪਏ ਦੀ ਪੇਟੀ ਹੈ, ਇਹ ਵੀ ਤਕਰੀਬਨ ਇਹੋ ਰੇਟ ਹੀ ਪੈ ਰਿਹਾ ਇੱਥੇ, 160 ਰੁਪਏ 70 ਰੁਪਏ ਇਹੋ ਰੇਟ ਪੈ ਰਿਹਾ। ਲਾਲਾ ਚੌਂਸੇ ਦਾ ਕੀ ਰੇਟ ਹੈ? ਚੌਂਸਾ 1550 ਦਾ, ਇਹ ਵੀ ਤਕਰੀਬਨ ਇਸੇ ਰੇਟ ਹੀ ਪੈ ਰਿਹਾ, 150 ਰੁਪਏ ਕਿਲੋ। ਮਾਸ਼ਾਅੱਲਾ ਜੀ, ਅੱਜ ਕੱਲ੍ਹ ਜਿਹੜਾ ਨਾ ਅੰਬ ਫੁੱਲ ਤਿਆਰੀ ਵਿੱਚ ਹੈ, ਫੁੱਲ ਜੋਬਨ ਵਿੱਚ ਹੈ ਅੰਬ। ਅਨਵਰ ਲਟੌਰ ਵੀ ਇੱਥੇ 150 ਰੁਪਏ ਕਿਲੋ ਪੈਂਦਾ ਹੈ। ਕਿਲੋ ਦੀ ਪੇਟੀ ਆਈ ਸਾਹਿਬ ਦੱਸੀ 1500 ਰੁਪਏ ਦੀ ਪੇਟੀ ਹੈ, ਅਤੇ 10 ਕਿਲੋ ਫਸ ਕੇ ਹੋ ਜਾਂਦੇ। ਠੀਕ ਹੈ ਨਾ। ਮਾਸ਼ਾਅੱਲਾ ਜੀ, ਇਹ ਚੌਂਸਾ ਹੈ, ਇਹ ਸਾਰਾ ਚੌਂਸਾ ਜੁੜਿਆ ਹੋਇਆ। ਮਾਸ਼ਾਅੱਲਾ, ਤੁਸੀਂ ਪੇਟੀਆਂ ਵੇਖ ਲਓ ਕਿ ਕਿਵੇਂ ਉਹਨਾਂ ਨੇ ਸ਼ੌਕ ਨੇ ਜੋੜੀਆਂ ਜੀ। ਇਹਦਾ ਰੇਟ 1500 ਦੀ ਪੇਟੀ ਹੈ, 150 ਰੁਪਏ ਕਿਲੋ ਮੰਡੀ ਦਾ ਰੇਟ ਪੈ ਗਿਆ। ਇਹ ਮੰਡੀ ਵਿੱਚ 150 ਰੁਪਏ ਪੈ ਗਿਆ। ਇਹ ਅੱਗੇ ਸਿੰਦੜੀ ਹੈ, ਸਿੰਦੜੀ 160 ਰੁਪਏ ਹੈ, ਇਹ 1600 ਦੀ ਪੇਟੀ ਹੈ। 1600 ਦੀ ਪੇਟੀ ਹੈ। ਹਾਂਜੀ, ਮਾਲ ਬੜਾ ਵੀ ਹੈ ਇਹ ਤਾਂ ਕਾਕੀ, ਸ਼ਕਰ ਗੰਦੀ ਵਾਲੀ ਦੁਕਾਨ। ਠੀਕ ਹੈ ਨਾ, ਇਦੋਂ ਵਧੀਆ ਨਾ ਫਰੂਟ ਵਾਲੀ ਸਾਈਡ ਤੋਂ, ਅਤੇ ਇਹ ਪਹਿਲੀ ਦੁਕਾਨ ਇਹੋ ਹੀ ਆਉਂਦੀ ਹੈ, ਯਾਨੀ ਕੰਡਿਆ ਵਾਲੇ ਦੇ ਨਾਲ ਜਿਹੜਾ ਨਾ ਖਜੂਰ ਵਾਲੇ ਦੇ ਨਾਲ ਇਹੋ ਹੀ ਦੁਕਾਨ ਆਉਂਦੀ ਹੈ, ਸ਼ਕਰਗੰਦੀ ਵਾਲੀ ਦੁਕਾਨ। ਇਹ ਉੱਥੇ ਬੈਠੇ ਹੋਏ ਭਾਈ ਹੋਰੀ ਅੱਜ ਬਾਬੇ। ਚੌਂਸੇ ਦੀ ਕਿੰਨੇ ਦੀ ਧੜੀ? ਚੌਂਸੇ ਦੀ ਧੜੀ ਕੀ ਹੈ? 800 ਰੁਪਏ ਕਿਲੋ। 160 ਰੁਪਏ ਕਿਲੋ ਪੈ ਰਿਹਾ ਜੀ। 160 ਰੁਪਏ ਕਿਲੋ। ਦੇਖੋ ਜੀ, ਅਨਵਰ ਲਟੌਰ ਹੈ ਤੇ ਥੱਲੇ ਤੱਕ ਵੇਖ ਰਿਹਾ ਭਾਈ। ਠੀਕ ਹੈ ਨਾ, ਕਹਿੰਦਾ ਜੀ ਥੱਲੇ ਕਹਿੰਦਾ ਥੱਲੇ ਤੱਕ ਸਹੀ ਮਾਲ ਨਿਕਲਿਆ ਥੱਲੇ। ਹੈ, ਕੋਈ ਵਾਧਾ ਘਾਟਾ ਤਾਂ ਨਹੀਂ ਹੈ? ਰੇਟ ਦੱਸੋ, ਰੇਟ ਕੀ ਮੰਗ ਰਹੇ? ਅਨਵਰ ਲਟੌਰ ਦਾ ਵਜ਼ਨ ਤਾਂ ਵੇਖ, 6 ਕਿਲੋ ਕਰੀ ਹੋ। ਲਾਲਾ, ਕਿੰਨੇ ਦੀ ਪੇਟੀ ਫਜਰੀ ਦੀ? ਲਾਲਾ ਜੀ, ਇਹ ਦਿਸ ਇਜ਼ ਅ ਫਜਰੀ। ਅੱਛਾ, ਠੀਕ ਹੈ। ਇਹਦਾ ਵਜ਼ਨ ਹੈ 13 ਕਿਲੋ। 13 ਕਿਲੋ, 13 ਕਿਲੋ ਅੰਬ ਨਿਕਲੇਗਾ। ਠੀਕ ਹੈ, ਰੇਟ ਦਾ 1200 ਰੁਪਏ। 1200 ਰੁਪਏ, ਠੀਕ ਹੈ। ਇਹ ਚੌਂਸੇ ਪਏ ਨੇ, ਯਾਨੀ 150 ਰੁਪਏ ਕਿਲੋ ਇੱਥੇ ਪੈ ਗਿਆ। 100, ਹਾਂ 150 ਰੁਪਏ, 150 ਰੁਪਈਆ ਪੈ ਗਿਆ, 150 ਰੁਪਏ ਪੈ ਗਿਆ। ਬਾਹਰ 300 ਵਿਕਦਾ ਹੈ, ਬਾਹਰ ਸਾਰੇ ਸਿੰਦੜੀ ਪਿਆ, ਸਾਰੇ ਸਿੰਦੜੀ ਪਿਆ। ਇਹਦਾ ਰੇਟ ਕੀ ਹੈ? ਇਹਦਾ ਰੇਟ ਕੀ ਹੈ? ਇਹਦਾ ਰੇਟ 1800 ਰੁਪਏ। 1800 ਰੁਪਈਏ, ਓਏ ਹੋਏ, 170-180 ਰੁਪਏ ਪੈ ਗਿਆ ਇੱਥੇ। ਲਾਲਾ ਜੀ, ਕਿੰਨੇ ਲਾਲਾ, ਕਿੰਨੇ ਦਾ ਚੌਂਸਾ? ਮਾਸ਼ਾਅੱਲਾ ਜੀ, ਇਹ ਚੌਂਸਾ, ਇਹ 1600 ਰੁਪਏ ਦਾ, ਇਹ ਵੀ 180 ਰੁਪਈਏ ਇੱਥੇ ਪੈ ਗਿਆ, 180 ਰੁਪਈਏ। ਲੇਕਿਨ ਇਹਦੇ ਵਿੱਚ ਕੈਟਾਗਰੀਆਂ ਹੁੰਦੀਆਂ ਨੇ, ਬੋਮ ਹੁੰਦਾ ਹੈ, ਸੋਮ ਹੁੰਦਾ, ਜਿਵੇਂ ਮਿਸਾਲ ਹੈ, ਜਿਵੇਂ ਇੰਟਰਨੈਸ਼ਨਲ ਹੈਗਾ, ਗਿਫਟ ਹੈਗਾ, ਇਸ ਤਰੀਕੇ ਇਹਦੀਆਂ ਵੀ ਨਸਲਾਂ ਹੁੰਦੀਆਂ। ਮਾਸ਼ਾਅੱਲਾ, ਵੇਖੋ ਗੱਲ ਕਿੰਨੇ ਦੀ? 600 ਦੀ, 66 ਹੈ ਜੀ। 600 ਰੁਪਏ ਦੀ ਪੇਟੀ ਹੈ ਬਜ਼ੁਰਗਾਂ ਨੂੰ ਲਾਈ, ਇਹ ਚੌਂਸਾ 800 ਰੁਪਏ ਦਾ, ਇਹ ਵੀ ਦੋਮ ਹੈ, ਚੌਂਸਾ ਦੋਮ ਹੈ ਨਾ, ਦੋਮ ਹੈ ਚੌਂਸਾ।
ਮਾਸ਼ਾਅੱਲਾ 64 ਅੰਬ ਹੈ, ਇਹਦਾ ਰੇਟ ਹੈ 1700 ਦੀ ਪੇਟੀ ਹੈ, 170 ਰੁਪਏ ਕਿਲੋ ਪੈ ਗਿਆ, 170 ਰੁਪਏ ਕਿਲੋ ਪੈ ਗਿਆ। ਲਾਲਾ ਇਹ ਕਿੰਨੇ ਦੀ ਪੇਟੀ? 1300 ਰੁਪਏ ਦੀ। ਇਹ ਵੀ 10 ਕਿਲੋ ਹੋਣੀ 1300। ਇਹ 140 ਰੁਪਏ ਦੇ, 130 ਰੁਪਏ, 130 ਰੁਪਏ ਕਿਲੋ ਇਹ ਪੈ ਗਿਆ ਜੀ। ਯਾਨੀ ਫਰਕੋ ਫਰਕੀ ਹੈ ਮਾਲ। ਹਾਂ ਇਹ 1000 ਰੁਪਏ ਦੀ, ਕਿਉਂਕਿ ਇਹਦੇ ਵਿੱਚ ਵੀ ਬੜੇ ਜਿਹੜਾ ਨਾ ਕੈਟਾਗਰੀਆਂ ਹੈ। ਲਾਲਾ ਦਾਣਾ ਵੀ ਤਾਂ ਇੱਕ ਇੱਕ ਵੇਖਾਂਗਾ, ਪਤਾ ਲੱਗਦਾ ਹੈ। 5700 ਦੇ ਪੈਂਦੇ ਜੀ, ਇਹ ਬਾਰਡਰ 4500 ਰੁਪਏ। ਕਿਲੋ ਕਿੰਨੇ ਦਾ ਪੈਂਦਾ? ਹੈਂ, ਕਿਲੋ ਕਿੰਨੇ ਦਾ ਪੈਂਦਾ? ਇਹ ਸਾਨੂੰ ਪੈਂਦਾ ਤਕਰੀਬਨ 400 ਰੁਪਏ ਕਿਲੋ ਪੈਂਦਾ। 400 ਰੁਪਏ ਮਾਲ ਨੂੰ ਵੇਖੋ, ਪਤਾ ਲੱਗੇ ਵੇਖ ਕੇ ਚੀਜ਼ ਹੈ ਜੀ। ਅਨੁਭਵ ਤੌਰ ਹੈਗਾ ਮਾਲ ਔਰ ਸਾਫ਼ ਸੁਥਰਾ ਮਾਲ ਇਹ ਦੁਕਾਨ 'ਤੇ ਲੱਗਾ। 2100 ਰੁਪਏ ਦੇ ਜੀ ਇਹ ਅਨੁਭਵ ਤੌਰ। ਬਸ ਮੈਂ ਪਿੱਛੇ ਸਾਰਾ ਵੇਖ ਕੇ ਆਇਆ, ਮਾਸ਼ਾਅੱਲਾ ਇਹੋ ਜਿਹਾ ਮਾਲ ਕਿਧਰੇ ਵੀ ਨਹੀਂ। ਇਹ ਤਕਰੀਬਨ ਜਿਹੜਾ ਨਾ ਮੇਰੇ ਖਿਆਲ ਨਾਲ 200 ਦੇ ਲੱਗ ਪਏ। ਇਹ 200 ਰੁਪਏ ਇੱਥੇ ਸਭ ਤੋਂ ਅੱਛਾ ਜਿਹੜਾ ਨਾ ਅਨਵਰ ਲਟੌਰ ਨਜ਼ਰ ਆਇਆ। ਚੌਂਸਾ ਵੀ ਇੱਥੇ, ਚੌਂਸਾ ਵੀ ਕਮ ਸੇ ਕਮ 2-250 ਰੁਪਏ ਪੈ ਰਹੇ। ਹਾਂ 250 ਰੁਪਈਆ ਤੁਹਾਨੂੰ ਅਸੀਂ ਇੱਥੇ ਤਾਂ ਚੌਂਸਾ ਵੀ ਦਿਖਾਵਾਂਗੇ ਇਸ ਦੁਕਾਨ ਦਾ। ਇੱਥੇ ਐਸਾ ਮਾਲ ਮੈਂ ਤਕਰੀਬਨ, ਮੈਨੂੰ 14-15 ਵੀਡੀਓ ਹੋ ਗਈ, ਲੇਕਿਨ ਇਹੋ ਜਿਹਾ ਮੈਂ ਮਾਲ ਨਹੀਂ ਕਦੇ ਇਨਸ਼ਾਅੱਲਾ ਦੇਖਿਆ। ਆਈ ਸਾਹਿਬ ਦੁਕਾਨ ਦਾ ਨੰਬਰ ਕੀ ਹੈ ਸਰ? 17 ਨੰਬਰ ਦੁਕਾਨ ਸਰ ਜੀ, ਆਈ ਸਾਹਿਬ ਹੋਰਾਂ ਸਾਨੂੰ ਦੱਸਿਆ 17 ਨੰਬਰ ਦੁਕਾਨ ਹੈ। ਇੱਕ ਦਿਨ ਦੀ ਫਸਲ ਹੋਰ ਰਹੇਗੀ, ਮਹੀਨਾ ਡੇਢ ਅਜੇ ਚੱਲੇਗਾ, ਅੱਲਾ ਖੈਰ ਕਰੇ। ਦੁਸ਼ਹਿਰੀ ਕਿੰਨੇ ਦੀ ਬੇਟੀ? 1200-1300 ਰੁਪਏ ਦੀ। ਇਹ ਵੀ 140 ਰੁਪਏ ਪੈ ਜਾਂਦਾ। ਇਹ ਦੁਸ਼ਹਿਰੀ ਹੈ ਜੀ, ਦੁਸ਼ਹਿਰੀ ਦਾ ਰੇਟ ਵੀ 140 ਰੁਪਏ ਕਿਲੋ ਪੈ ਜਾਂਦਾ, ਔਰ ਮੰਡੀ ਹੈ 180 ਰੁਪਏ ਕਿਲੋ ਸਿੰਧੜੀ ਪੈ ਰਹੀ ਹੈ, ਕਿਉਂਕਿ ਇਹ ਹੈ ਜੂਸ ਵਾਲਾ, ਇਹ ਜ਼ਿਆਦਾ ਹੁੰਦਾ ਜੂਸ ਵਿੱਚ ਇਸਤੇਮਾਲ, ਅਤੇ ਤਾਂ ਵਾਸਤੇ ਜਿਹੜਾ ਨਾ ਇਸ ਤਰ੍ਹਾਂ ਮਹਿੰਗਾ ਹੋ ਗਿਆ, ਨਾਲੇ ਥੋੜ੍ਹਾ ਜਿਹਾ ਘੱਟ ਵੀ ਹੋ ਗਿਆ। ਇਹ 150 ਰੁਪਏ ਕਿਲੋ ਸਿੰਧੜੀ ਇੱਥੇ ਪੈ ਰਿਹਾ, ਠੀਕ ਹੈ ਨਾ। ਇਹ ਚੌਂਸਾ ਹੈ, ਚੌਂਸਾ ਵੀ ਤਕਰੀਬਨ ਸਿੰਧੜੀ ਦੇ ਨਾਲ ਨਾਲ ਹੀ ਜਾ ਰਿਹਾ। ਚੌਂਸਾ ਹੈ ਤਾਂ ਇਹਦਾ ਰੇਟ ਅੱਛਾ ਵੀ ਹੁੰਦਾ, ਮਾੜਾ ਵੀ ਹੁੰਦਾ, ਅਤੇ ਉਹਦੀ ਵਜ੍ਹਾ ਨਾਲ ਫਿਰ ਰੇਟ 100-150-200 ਦਾ ਵਾਧਾ ਘਾਟਾ ਪੇਟੀਆਂ 'ਚ ਲਾਜ਼ਮੀ ਹੁੰਦਾ। ਅੱਛੀਆਂ ਵੀ ਹੁੰਦੀਆਂ, ਅੱਛਾ ਵੀ ਹੁੰਦਾ, ਮਾੜਾ ਵੀ ਹੁੰਦਾ। ਜਿਵੇਂ ਅਨੁਸਾਰ ਇੰਟਰਨੈਸ਼ਨਲ, ਇੰਟਰਨੈਸ਼ਨਲ ਤਾਂ ਬਹੁਤ ਮਹਿੰਗਾ ਹੈ ਨਾ, ਉਹ ਤਾਂ 2300-2400 ਦੀ ਪੇਟੀ ਹੈ। ਜੇ 10 ਦਿਨ ਕਿਰਾਇਆ ਲੇਟ ਹੋ ਜਾਏ ਤਾਂ ਕਿਰਾਏ ਵਾਲੇ ਤਾਰਾ ਲਗਾ ਲੇਤੇ ਹੈ, 2 ਦਿਨ ਬਿਲ ਲੇਟ ਹੋ ਜਾਏ ਬੱਤੀ ਕਾਟ ਦੇਤੇ ਹੈ, ਇਹ ਕਿਆ ਕਰੇ, ਇਹ ਗਰੀਬਾਂ ਸੇ ਕਿਆ ਜ਼ੁਲਮ ਹੋ ਰਿਹਾ ਹੈ। ਅੱਛਾ ਸਰ, ਰਹਿਮ ਕਰੇ। ਅੱਛਾ ਜੀ, ਇਹ ਕਿੰਨੇ ਦੀ ਆਲੂ ਬੁਖਾਰੇ ਦੀ ਪੇਟੀ ਹੈ? ਆਲੂ ਬੁਖਾਰਾ ਜੀ 950। ਵੇਖੋ ਜੀ, ਇਹ ਬਜ਼ੁਰਗ ਕਹਿੰਦੇ ਨੇ ਕਿ ਬਿੱਲ ਇਤਨੇ ਆਉਂਦੇ ਨੇ ਕਿ ਵੇਖੋ ਅਸੀਂ ਸਿਰਫ 4 ਪੇਟੀਆਂ ਵੇਚਣੀਆਂ ਨੇ, ਅਤੇ 4 ਪੇਟੀਆਂ 'ਚੋਂ ਕਿੰਨਾ ਕੁ ਬਚਣਾ? 1500 ਰੁਪਏ ਦਾ, 150 ਰੁਪਏ ਕਿਲੋ ਪੈ ਗਿਆ। 150 ਕਿਲੋ ਪੈ ਗਿਆ, 150 ਤਾਂ ਹੱਸ ਕੇ ਪੈ ਗਿਆ ਨਾ ਜੀ। 10 ਹੁਣ ਇਨਸ਼ਾਅੱਲਾ ਅਸੀਂ ਤੁਹਾਨੂੰ ਬੋਲੀ 'ਤੇ ਲੈ ਆਏ ਕਿ ਜਿੱਥੇ ਤੜੀਆਂ ਵਿਕਦੀਆਂ ਨੇ ਉਸ ਬੋਲੀ 'ਤੇ ਅਸੀਂ ਲੈ ਆਏ, ਅਤੇ ਤੁਸੀਂ ਬੋਲੀ ਵੀ ਸੁਣ ਲਵੋ ਕਿ ਇੱਥੇ ਬੋਲੀ ਕੀ ਰੇਟ ਹੋਵੇ।
ਕਿੰਨੇ ਕਿੰਨੇ ਤੜੀ ਲਾਈ ਲਾਲਾ? 900 ਰੁਪਏ ਦੀ ਤੜੀ 5 ਕਿਲੋ ਜੀ। ਸਸਤੇ ਖਵਾ ਰਹੇ ਆ ਫਿਰ ਕਾਲੇ ਚੌਂਕ ਤੇ ਆਈ ਜਾਣਗੇ 4-4 ਹਜ਼ਾਰ ਦੀ ਪੇਟੀ ਉਦੋਂ ਲੱਭਣ। ਉਦੋਂ ਫਿਰ ਲੱਭਣਾ ਵੀ ਨਹੀਂ, ਲੱਭਣਾ ਵੀ ਨਹੀਂ ਯਾਰ। ਸਸਤੇ ਖਵਾ ਰਹੇ ਆ ਨਹੀਂ ਖਾ। ਕਿੰਨੇ ਦਾ ਕਿਲੋ ਪੈਂਦਾ? 900 ਦੀ 180 ਰੁਪਏ ਕਿਲੋ। ਇਹ ਤੜੀਆਂ ਆਣਗੇ, ਤੜੀਆਂ ਆਣ ਉਹਨਾਂ ਇੱਕ ਇੱਕ ਦਾਣਾ ਚੁੱਕ ਕੇ ਜਾਨੀ ਕਵੇ ਕਿ ਇਹਨੂੰ ਲਾਇਆ ਹੋਇਆ। ਇਹਦੇ ਵਿੱਚ ਕੋਈ ਐਸਾ ਦਾਣਾ ਨਹੀਂ ਹੁੰਦਾ ਜਿਹੜਾ ਫ੍ਰੈਕਚਰ ਹੋਵੇ ਕਿਸੇ ਦਾ। ਉਹਨਾਂ ਨੇ ਤੜੀਆਂ ਚੁੱਕ ਕੇ ਲਾਈਆਂ, ਤੁਹਾਡੇ ਸਾਹਮਣੇ ਤੜੀ ਲਾ ਰਹੇ ਨਾ ਜੀ ਸਾਹਿਬ ਨੂੰ, ਇੱਕ ਇੱਕ ਦਾਣਾ ਚੁਣ ਕੇ ਲਾ ਰਹੇ। ਅੱਗੇ ਉਹਨਾਂ ਦੀ ਕਿਸਮਤ ਕਿੰਨੇ ਤੱਕ ਬੋਲੀ ਜਾਂਦੀ, ਕਿੰਨੇ ਤੱਕ ਨਹੀਂ ਬੋਲੀ ਜਾਂਦੀ। ਬੋਲੀ ਸ਼ੁਰੂ ਹੋ ਗਈ ਇਸ ਤੜੀ ਦੀ। 750 ਰੁਪਏ ਕਿਲੋ ਪੈ ਗਿਆ ਜੀ, 150 ਰੁਪਏ ਕਿਲੋ ਪੈ ਗਿਆ। ਬੋਲੀ ਦਾ ਪਤਾ ਲੱਗੇਗਾ ਕਿ ਕਿੰਨੇ ਦੀ ਵਿਕਰੀ ਹੈ। 650 ਦੀ ਗਈ, 130 ਰੁਪਏ ਕਿਲੋ। 500 ਦੀ ਤੜੀ ਵਿਕੀ ਹੈ, 110 ਰੁਪਏ ਕਿਲੋ ਪੈ ਗਿਆ। ਹਾਂ ਦੇਖੋ ਜੀ, ਇਹ ਦੁਸ਼ਹਿਰੀ ਦਾ ਵੀ ਜਿਹੜਾ ਨਾ 1000 ਰੁਪਏ ਦੀ ਪੇਟੀ ਲਾਲਾ, ਵਜ਼ਨ ਕਿੰਨਾ ਹੋਏਗਾ? ਕਰੋਗਾ ਵਜ਼ਨ? 8 ਕਿਲੋ ਵਜ਼ਨ ਹੋਏਗਾ। ਇਹ ਵੀ ਉਸੇ ਰੇਟ ਹੀ ਪੈਂਦੀ ਸੀ। ਹੈ ਚੌਂਸੇ ਨੂੰ ਰੰਗ ਨਹੀਂ ਆਇਆ ਕੀ ਯਾਰ, ਮੌਸਮ ਦਾ ਫਰਕ ਹੈ। ਕੀ ਚੱਕਰ? ਕਿੰਨੇ ਦੀ ਪੇਟੀ ਚੌਂਸੇ ਦੀ? 1800 ਦੀ ਹੈ। 1500 ਦੀ ਇਹ ਤਾਂ ਪੈ ਗਿਆ 150 ਰੁਪਈਏ, ਉਹ ਪੈ ਗਿਆ 170 ਰੁਪਏ ਕਿਲੋ। ਹਾਂਜੀ, ਇਹ ਚੌਂਸੇ 'ਚ ਕਾਟਾ ਕਰ ਗਿਆ, ਇਹ 150 ਰੁਪਏ ਕਿਲੋ ਪੈ ਗਿਆ, ਇਹ 180 ਰੁਪਏ ਕਿਲੋ ਮੰਡੀ ਦਾ ਰੇਟ ਪੈ ਗਿਆ। ਇਹ ਜਿਹੜਾ ਹੌਲਾ ਪਾਲਾ ਮਾਲ ਹੁੰਦਾ ਨਾ, ਫਿਰ ਉਹ ਇੱਥੇ ਵੇਚਦੇ ਨੇ। ਜਿਹੜਾ ਹੌਲਾ ਪਾਲਾ ਮਾਲ ਹੁੰਦਾ ਨਾ, ਉਹ ਇੱਥੇ ਵੇਚਦੇ ਨੇ। ਮਾਸ਼ਾਅੱਲਾ ਉਹਨਾਂ ਸਾਰਾ ਜਿਹੜਾ ਇੱਥੇ ਲਾਇਆ ਹੋਇਆ, ਕੋਈ 500 ਦੀ ਪੇਟੀ, 600 ਦੀ, 700 ਦੀ, ਇਹ ਤਾਂ ਬਸ ਇੰਨਾ ਇਹ ਹੌਲਾ ਪਾਲਾ ਮਾਲ ਹੁੰਦਾ। ਦੇਸੀ ਹੈ ਫੁੱਲ ਕੋਲ, ਦੇਸੀ ਹੈ, ਇਹ ਦੇਸੀ ਹੈਗਾ। ਇਹਨਾਂ ਦਾ ਰੇਟ ਤੁਹਾਨੂੰ ਪਸੰਦ ਆ? ਰੇਟ ਕੀ ਹੈ ਦੇਸੀ ਦਾ? 1400 ਦੀ ਲਟੋਰ ਦੇਸੀ ਹੈ ਨਾ ਸਰ? ਦੇਸੀ ਆ ਲਟੋਰ ਹੈ, ਦੇਸੀ ਹੈ ਸਰ। ਇਹ ਕਿੰਨੇ ਦੀ ਪੇਟੀ ਦੇਸੀ? 1400 ਰੁਪਏ ਮੰਗ ਰਹੇ, 1400 ਰੁਪਏ ਮੰਗ ਰਹੇ ਜੀ। 900 ਰੁਪਏ ਚ ਬੱਗੂ ਗੋਸ਼ੇ ਦਾ? ਹਾਂਜੀ, ਕੱਲ੍ਹ ਮੇਰੇ ਖਿਆਲ ਨਾਲ ਛੁੱਟੀ ਹੈ ਨਾ। ਵੇਖੋ ਨਾ ਬਾਈ ਹੋਰੀ, ਮੈਨੂੰ ਤਾਂ ਨਹੀਂ ਇਸ ਚੀਜ਼ ਦਾ ਮਾਲੂਮਾਤ ਹੈਗੀ ਸੀ। ਬਾਈ ਹੋਰੀ ਸਹੀ ਗੱਲ ਦੱਸ ਰਹੇ ਨੇ ਕਿ ਕੱਲ੍ਹ ਪਰਸੋਂ ਛੁੱਟੀ ਹੈ, ਤਾਂ ਵਾਸਤੇ ਮਾਲ ਜਿਹੜਾ ਨਾ ਕੱਚਾ ਵੀ ਘੱਟ ਹੋ ਗਿਆ, ਅਤੇ ਪੱਕਾ ਅੱਜ ਲੋਕਾਂ ਨੇ ਜ਼ਿਆਦਾ ਬਾਹਰ ਕੱਢਿਆ ਹੋਇਆ, ਕਿਉਂਕਿ ਜਿਹੜਾ ਪੱਕਾ ਮਾਲ ਉਹ ਖਰਾਬ ਨਾ ਹੋ ਜਾਵੇ, ਉਹ ਵਿਕ ਜਾਵੇ। ਹਾਂ, ਬਾਈ ਹੋਰਾਂ ਨੇ ਬੜੀ ਅੱਛੀ ਗੱਲ ਕੀਤੀ ਔਰ ਸਾਡੀ ਮਾਲੂਮਾਤ 'ਚ ਇਜ਼ਾਫਾ ਮਾਸ਼ਾਅੱਲਾ ਉਹਨਾਂ ਕੀਤਾ, ਕਿਉਂਕਿ ਉਹ ਬੜੇ ਪੁਰਾਣੇ ਬੰਦੇ ਨੇ, ਉਹਨਾਂ ਦਾ ਇਹ ਤਜਰਬਾ ਹੁੰਦਾ ਹੈ।